ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਲਸਾਨੀ ਸ਼ਹਾਦਤ ਦੇ ਕਰਕੇ ਸ਼੍ਰੀ ਫਤਿਹਗੜ੍ਹ ਸਾਹਿਬ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਬਲੀਦਾਨ ਦੇ ਕਈ ਹੋਰ ਕਿੱਸੇ ਵੀ ਫਤਿਹਗੜ੍ਹ ਸਾਹਿਬ ਦੇ ਨਾਲ ਜੁੜੇ ਹੋਏ ਨੇ, ਜਾਂ ਫਿਰ ਇੰਝ ਕਹਿ ਸਕਦੇ ਹਾਂ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਆਪਣੇ ਆਪ ਦੇ ਵਿੱਚ ਇਤਿਹਾਸ ਨੂੰ ਸੰਜੋਏ ਬੈਠਾ ਹੈ। ਇਹਨਾਂ ਕਿੱਸਿਆਂ ਦੇ ਨਾਲ ਜੁੜੇ ਕਈ ਇਤਿਹਾਸਿਕ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਸੁਸ਼ੋਭਿਤ ਨੇ, ਜਿਨ੍ਹਾਂ ਦੇ ਬਾਰੇ ਅੱਜ ਅਸੀਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਸਰਹੰਦ ਤੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਦਾਖਲ ਹੁੰਦੇ ਹੀ ਪੈਂਦਾ ਹੈ ਗੁਰਦੁਆਰਾ ਸ਼੍ਰੀ ਬੁੰਗਾ ਸਾਹਿਬ, ਜਿਸ ਦਾ ਆਪਣਾ ਇੱਕ ਵੱਖਰਾ ਹੀ ਇਤਿਹਾਸ ਹੈ। ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸ਼੍ਰੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਦੇ ਵੱਲੋਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਹੈ। ਸਰਹੰਦ ਦੀ ਧਰਤੀ ਬਹੁਤ ਵੱਡਾ ਇਤਿਹਾਸਕ ਸਰਮਾਇਆ ਆਪਣੀ ਇੱਕ 'ਚ ਸਮੋਈ ਬੈਠੀ ਹੈ। ਮੁਗਲ ਕਾਲ ਤੋਂ ਇਸ ਸ਼ਹਿਰ ਦਾ ਬਹੁਤ ਵੱਡਾ ਮਹੱਤਵ ਸੀ। ਇਹ ਮੁਗਲ ਕਾਲ ਦੇ ਨਾਲ ਨਾਲ ਸਿੱਖ ਜਿਹੜੀਆਂ ਸਰਗਰਮੀਆਂ ਦਾ ਵੀ ਇਹ ਸਥਾਨ ਕੇਂਦਰ ਰਿਹਾ। ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਬਹੁਤ ਸਾਰੇ ਸਿੱਖਾਂ ਦਾ ਜ਼ਿਕਰ ਆਉਂਦਾ ਇਸ ਧਰਤੀ ਨਾਲ ਜੁੜਿਆ ਹੋਇਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚਰਨ ਪਾਏ ਇਸ ਧਰਤੀ 'ਤੇ। ਸੋ ਬਹੁਤ ਸਾਰੇ ਗੁਰ ਅਸਥਾਨ ਨੇ ਇਤਿਹਾਸ ਨਾਲ ਸੰਬੰਧਿਤ ਇਸ ਜਗ੍ਹਾ ਦੇ, ਇਸ ਸ਼ਹਿਰ ਦੇ ਵਿੱਚ, ਜਿਨ੍ਹਾਂ ਵਿੱਚੋਂ ਸ਼ਹੀਦ ਗੰਜ 18ਵੀਂ ਸਦੀ ਦੇ ਸਿੰਘਾਂ ਦੀ ਯਾਦ ਵਿੱਚ ਹੈ, ਜਦੋਂ ਸਿੰਘਾਂ ਦੇ ਸਿਰਾਂ ਦੇ ਗੱਡੇ ਲੱਦ ਕੇ ਦਿੱਲੀ ਹਕੂਮਤ ਦੇ ਕੋਲ ਲੋਕ ਲੈ ਕੇ ਜਾਂਦੇ ਸਨ। ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸੀ ਅਤੇ ਇੱਕ ਇੱਕ ਸਿਰ ਦੇ ਬਦਲੇ ਉਹਨਾਂ ਨੂੰ ਫਿਰ ਰਕਮ ਮਿਲਦੀ ਸੀ, ਅਸ਼ਰਫੀਆਂ ਮਿਲਦੀਆਂ ਸਨ। ਉਸ ਵੇਲੇ ਸਿੰਘਾਂ ਨੇ ਇੱਥੇ ਹਮਲਾ ਕਰਕੇ ਉਹ ਗੱਡੇ ਜਰਵਾਣਿਆਂ ਤੋਂ, ਹਾਕਮਾਂ ਕੋਲੋਂ ਖੋਹ ਕੇ ਅਤੇ ਉਹਨਾਂ ਸਿੰਘਾਂ ਦੇ ਜਿਹੜੇ ਸਿਰਾਂ ਦੇ ਲੱਦੇ ਹੋਏ ਗੱਡੇ ਸੀ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਸੀ ਉਹ ਅਦਬ ਅਤੇ ਸਨਮਾਨ ਸਹਿਤ ਕੀਤਾ। ਇਸ ਲਈ ਇਹਨੂੰ ਸ਼ਹੀਦ ਗੰਜ ਕਹਿੰਦੇ। ਗੰਜ ਦਾ ਅਰਥ ਹੁੰਦਾ ਢੇਰ, ਸ਼ਹੀਦਾਂ ਦੇ ਸਿਰਾਂ ਦਾ ਵੱਡਾ ਢੇਰ, ਅਤੇ ਉੱਥੋਂ ਇਹ ਜਿਹੜਾ ਨਾਮ ਪ੍ਰਚਲਿਤ ਹੋਇਆ। ਉਹ ਇਸ ਅਸਥਾਨ ਦਾ ਜਿਹੜਾ ਮਹੱਤਵ ਹੈ ਉਹ ਧਰਮੀ ਜੀਵੜਿਆਂ ਦੇ ਨਾਲ ਹੈ, ਮਰਜੀਵੜਿਆਂ ਦੇ ਨਾਲ, ਜਿਨ੍ਹਾਂ ਨੇ ਧਰਮ ਨਹੀਂ ਹਾਰਿਆ ਪਰ ਕੁਰਬਾਨੀਆਂ ਕੀਤੀਆਂ। ਜਿੱਥੇ 1710 ਦੇ ਵਿੱਚ ਜਦੋਂ 14 ਮਈ ਨੂੰ ਖਾਲਸਾ ਫੌਜਾਂ ਜੇਤੂਆਂ ਦੀ ਸ਼ਕਲ 'ਚ ਚੱਪੜਚਿੜੀ ਦੇ ਮੈਦਾਨ 'ਚ ਸੂਬਾ ਵਜ਼ੀਰ ਖਾਨ ਸੋਧ ਕੇ ਖਾਲਸਾ ਫੌਜਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ 'ਚ ਜਦੋਂ ਸਰਹੰਦ ਦੀ ਧਰਤੀ 'ਤੇ ਦਾਖਲ ਹੋਈਆਂ, ਸਿਤਮਾਂ ਦੀ, ਜ਼ੁਲਮਾਂ ਦੀ ਨਗਰੀ ਸੀ ਇਹ, ਉਹ ਕਿਲ੍ਹਾਬੰਦੀ ਜਿਹੜੀ ਕੀਤੀ ਹੋਈ ਸੀ, ਆਤਮਾ ਨੇ ਉਹਦੀ ਰਾਖੀ ਵਾਸਤੇ ਬਹੁਤ ਵੱਡੀ ਤਾਕਤ ਲਾਈ ਸੀ। ਉਹ ਉੱਥੇ ਬੜੇ ਸ਼ਹੀਦ ਹੋਏ ਸਿੰਘ ਚੱਪੜਚਿੜੀ ਦੇ ਮੈਦਾਨ 'ਚ, ਪਰ ਕਿਲ੍ਹੇ ਦੇ ਅੰਦਰ ਦਾਖਲ ਹੁੰਦਿਆਂ ਵੀ 6000 ਸਿੰਘਾਂ ਦੀ ਸ਼ਹੀਦੀ ਹੋਈ। ਸੋ 6000 ਸਿੰਘਾਂ ਦਾ ਜਿਹੜਾ ਸੰਸਕਾਰ ਸੀ ਇੱਕੋ ਜਗ੍ਹਾ ਦੇ ਉੱਤੇ ਕੀਤਾ ਗਿਆ। ਸੋ ਉਹਨੂੰ ਸ਼ਹੀਦੀ ਬੁੰਗਾ ਸਾਹਿਬ ਜਿਹੜਾ ਉਹ 1710 ਵਿੱਚ 14 ਮਈ ਨੂੰ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਵਿੱਚ ਸ਼ਹੀਦੀ ਬੁੰਗਾ ਸਥਾਨ। ਬੁੰਗਾ ਸਾਹਿਬ ਦੀ ਥੋੜ੍ਹੀ ਦੂਰੀ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਿਲਕੁਲ ਨਾਲ ਹੀ ਗੁਰਦੁਆਰਾ ਸ਼ਹੀਦਗੰਜ ਸਾਹਿਬ, ਜੋ ਕਿ ਸ਼ੀਸ਼ਗੰਜ ਸਾਹਿਬ ਦੇ ਨਾਲ ਵੀ ਜਾਣਿਆ ਜਾਂਦਾ ਹੈ, ਇਹ ਗੁਰਦੁਆਰਾ ਸਾਹਿਬ ਵੀ ਇੱਕ ਆਪਣਾ ਵੱਖਰਾ ਇਤਿਹਾਸ ਰੱਖਦਾ ਹੈ। Thank you.
ਜ਼ਿਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਉਹਨਾਂ ਦੀ ਮਾਤਾ ਗੁੱਜਰ ਕੌਰ ਜੀ ਦੀ ਲਸਾਨੀ ਸ਼ਹਾਦਤ ਕਰਕੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਜਾਣੀ ਜਾਂਦੀ ਹੈ। ਇੱਥੇ ਹਰ ਸਾਲ 3 ਦਿਨਾਂ ਤੱਕ ਸ਼ਹੀਦੀ ਜੋੜ ਮੇਲਾ ਵੀ ਲੱਗਦਾ ਹੈ। ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।